ਅੱਜ ਅਸੀਂ ਬਸਤੀ ਫਲੀਆਂ ਵਾਲਾ ਜਿਹਨੂੰ ਅਸੀਂ ਚੱਕ ਰਾਈਆਂ ਵਾਲਾ ਵੀ ਕਹਿੰਦੇ ਹਾਂ, ਜਿਹੜਾ ਸਾਡਾ BSF ਸੈਕਟਰ ਹੈ ਉਹਦੇ ਅੰਦਰ ਇੱਕ ਤਾਂ ਸਾਡੇ ਸਕੂਲ ਦੀ ਫੈਂਸਿੰਗ ਸੀ ਉਹ ਲਗਾਈ ਗਈ ਹੈ, ਔਰ ਇੱਕ ਬਾਸਕਿਟਬਾਲ ਦਾ ਗਰਾਊਂਡ ਔਰ ਜਿਹੜੇ ਲੋਕ ਟਾਈਲਸ ਲਗਾਈਆਂ ਗਈਆਂ ਰੋਡ ਲਈ ਉਹਦਾ ਅੱਜ ਉਦਘਾਟਨ ਕੀਤਾ ਗਿਆ, ਤਾਂ ਕਿ ਜਿਹੜੀ ਇਹਨਾਂ ਨੂੰ ਦਿੱਕਤਾਂ ਆ ਰਹੀ ਸੀ ਇਹਨਾਂ ਦੇ ਖੇਡਣ ਲਈ ਵੀ ਕੁਛ ਹੋਣਾ ਜ਼ਰੂਰ ਚਾਹੀਦਾ, ਕਿਉਂਕਿ ਸਾਡੇ ਬੱਚੇ ਆ ਜਿਹੜੇ ਕਿਸੇ ਹੋਰ ਸਟੇਟ ਤੋਂ ਆ ਕੇ BSF ਦੇ ਜਵਾਨ ਇੱਥੇ ਰਹਿੰਦੇ, ਉਹਨਾਂ ਦੀ ਫੈਮਿਲੀਜ਼ ਨੇ, ਉਹਨਾਂ ਲਈ ਕੁਛ ਕਰਨਾ ਤਾਂ ਇਹ ਸੋਚਦੇ ਹਾਂ ਵੀ ਜਿਨ੍ਹਾਂ ਦੇ ਸਿਰ 'ਤੇ ਅਸੀਂ ਉੱਡੇ ਫਿਰਦੇ ਹਾਂ, ਜਿਨ੍ਹਾਂ ਦੇ ਸਿਰ 'ਤੇ ਸਾਡਾ ਦੇਸ਼ ਸੁਰੱਖਿਅਤ ਹੈ, ਉਹਨਾਂ ਲਈ ਕੁਛ ਕਰਨ ਲਈ ਵੀ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਸੋ ਇਹਨਾਂ ਨੂੰ ਮੈਂ ਕਿਹਾ ਹੋਰ ਤੁਹਾਡੇ ਕੋਈ ਪਲੇ ਗਰਾਊਂਡ ਹੈ, ਕੋਈ ਪਾਰਕ ਹੈ, ਕੁਛ ਵੀ ਇਹਨਾਂ ਦੀ ਡਿਮਾਂਡ ਹੈ, ਸੋ ਅਸੀਂ ਜ਼ਰੂਰ ਪੂਰੀ ਕਰਕੇ ਦਿਆਂਗੇ। ਅੱਜ ਸਰ ਕਿਹੜੇ ਕਿਹੜੇ ਜਿਹੜੇ ਉਦਘਾਟਨ ਕੀਤੇ ਜਾ ਰਹੇ? ਅੱਜ ਬਹੁਤ ਲੱਕੀ ਦਿਨ ਹੈ ਸਾਡੇ ਪੰਜਾਬ ਲਈ ਔਰ ਜਲਾਲਾਬਾਦ ਹਲਕੇ ਲਈ ਸਪੈਸ਼ਲ, ਜਿਹਦੇ ਹਲਕੇ ਵਿੱਚ ਅੱਜ ਦੋ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹੈ, ਇੱਕ ਜਲਾਲਾਬਾਦ ਜਿਹੜਾ ਗਰਲਸ ਕਾਲਜ ਉਹਦੇ ਵਿੱਚ ਖੋਲ੍ਹ ਰਹੇ ਹਾਂ ਅਸੀਂ, ਔਰ ਇਹ ਕਰਨੀ ਵਾਲਾ ਸ਼ੇਖ ਸਭਾਂ 'ਚ ਅੱਜ ਓਪਨ ਕਰ ਰਹੇ ਹਾਂ। ਸੋ ਇਹ ਬੜੇ ਭਾਗਾਂ ਦਾ ਦਿਨ ਹੈ ਜਿਹਦੇ ਵਿੱਚ ਲੋਕਾਂ ਨੂੰ ਫ੍ਰੀ ਸਹੂਲਤ ਮਿਲੇਗੀ, ਫ੍ਰੀ ਮੈਡੀਸਨ ਮਿਲੇਗੀ, ਜਿਹੜੇ ਜਿਨ੍ਹਾਂ ਨੂੰ ਲੋਕਲ ਡਾਕਟਰਸ ਕੋਲ ਜਾਣਾ ਪੈਂਦਾ ਸੀ ਹੁਣ ਉਹ ਆਪਦੇ ਆਮ ਆਦਮੀ ਕਲੀਨਿਕ ਜਾਣਗੇ, ਜਿੱਥੇ ਵਧੀਆ ਡਾਕਟਰ, ਵਧੀਆ ਉਹਨਾਂ ਨੂੰ ਟ੍ਰੀਟਮੈਂਟ ਮਿਲੇਗਾ, ਉਹਨਾਂ ਨੂੰ ਫ੍ਰੀ ਇਲਾਜ ਮਿਲੇਗਾ, ਫ੍ਰੀ ਦਵਾਈਆਂ ਮਿਲਣਗੀਆਂ, ਜੇ ਕੋਈ ਟੈਸਟ ਉਹਦੇ ਵਿੱਚ 41 ਤਰ੍ਹਾਂ ਦੇ ਟੈਸਟ ਹੈ ਉਹ ਟੋਟਲੀ ਫ੍ਰੀ ਹੋਣਗੇ, ਔਰ ਜੇ ਕੋਈ ਉਹਨਾਂ ਨੂੰ ਵੱਡੀ ਦਿੱਕਤ ਆਉਂਦੀ ਹੈ ਤਾਂ ਉਹਦੇ ਲਈ ਸਾਡਾ ਸਿਵਲ ਹਸਪਤਾਲ ਜਲਾਲਾਬਾਦ ਜਾਂ ਫਰੀਦਕੋਟ ਉੱਥੋਂ ਰੈਫਰ ਕਰੇ ਜਾਣਗੇ। ਸੋ ਇਹ ਬਹੁਤ ਚੰਗਾ ਦਿਨ ਹੈ ਸਾਡੇ ਜਲਾਲਾਬਾਦ ਹਲਕੇ ਲਈ, ਔਰ ਕੱਲ੍ਹ ਦਾ ਦਿਨ ਉਸ ਤੋਂ ਵੀ ਵੱਡਾ ਕਿਸਮਤ ਵਾਲਾ ਹੈ ਸਾਡੇ ਹਲਕੇ ਲਈ ਸਪੈਸ਼ਲ ਮੈਂ ਕਹੂੰਗਾ। ਪਹਿਲਾਂ ਤਾਂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਆ ਜਿਨ੍ਹਾਂ ਨੇ ਜਲਾਲਾਬਾਦ ਹਲਕੇ ਨੂੰ ਦੋ ਸਕੂਲ ਆਫ ਫੈਮਿਨਸ ਦਿੱਤੇ, ਇੱਕ ਜਲਾਲਾਬਾਦ ਬੋਆਇਜ਼ ਸਕੂਲ ਜਿਹੜਾ ਅਸੀਂ ਕੋਵਿਡ ਕਰਤਾ, ਔਰ ਇੱਕ ਅਰਨੀ ਵਾਲਾ ਸ਼ੇਖ ਸਭਾਨ ਜਿਹਦੀ ਇੱਕ ਵੱਖਰੀ ਪਛਾਣ ਹੈ, ਉਹ 14 ਕਿੱਲਿਆਂ 'ਚ ਇੱਕ ਬਹੁਤ ਸੋਹਣਾ ਸਕੂਲ ਹੈ, ਕੱਲ੍ਹ ਉਹਦੀ ਓਪਨਿੰਗ ਹੈ ਤੁਹਾਨੂੰ ਦਿਖਾਵਾਂਗੇ। ਸੋ ਜਿਹਦੇ 'ਚ ਸਾਡੇ ਬੱਚੇ ਜਿਹੜੇ ਹੁਣ ਸਾਡੇ ਗਰੀਬ ਘਰਾਂ ਦੇ ਬੱਚੇ ਜਿਹੜੇ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੈ, ਤਾਂ ਮੈਂ ਪਹਿਲੀ ਵਾਰ ਦੇਖਿਆ ਜਦੋਂ ਸਰਕਾਰੀ ਸਕੂਲਾਂ ਦੇ ਪੜ੍ਹਾਈ ਲਈ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਆ ਕੇ ਕਹਿੰਦੇ ਅਸੀਂ ਟੈਸਟ ਦੇਣਾ, ਅਸੀਂ ਸਕੂਲ ਆਫ ਫੈਮਿਨਸ 'ਚ ਪੜ੍ਹਨਾ। ਇਹ ਹੈ ਸਰਕਾਰ ਦਾ ਕੰਮ, ਜਿਹੜੀ ਸਰਕਾਰ ਨੂੰ ਲੋਕ ਕਹਿੰਦੇ ਸੀ ਵੀ ਸਾਡੀ ਸਰਕਾਰ ਆਵੇ ਅਸੀਂ ਉਹਦੇ ਲਈ ਕੰਮ ਕਰੀਏ, ਲੋਕਾਂ ਲਈ ਕੰਮ ਕਰੀਏ, ਪਹਿਲੀ ਵਾਰ ਹੋਇਆ ਨਹੀਂ ਤਾਂ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਜਾਂਦੇ ਵੇਖੇ ਹੈ। ਪ੍ਰਾਈਵੇਟ ਸਕੂਲਾਂ 'ਚ ਜਿਵੇਂ ਦਿੱਲੀ ਹੋਇਆ, ਦਿੱਲੀ ਪ੍ਰਾਈਵੇਟ ਸਕੂਲਾਂ 'ਚੋਂ ਜਾ ਕੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੇ ਐਡਮਿਸ਼ਨਸ ਲਈਆਂ, ਤੁਸੀਂ ਇੱਕ ਵਾਰੀ ਜਾਇਓ ਜ਼ਰੂਰ, ਜਾ ਕੇ ਵੇਖਿਓ ਉਹਦੇ ਕੀ ਸਿਸਟਮ ਹੈ, ਕੀ ਉਹਦੇ 'ਚ ਨਵਾਂ ਹੋਇਆ, ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਭੁੱਲ ਜਾਓਗੇ ਜੋ ਸਕੂਲ ਆਫ ਫੈਮਿਨਸ ਸਹੂਲਤਾਂ ਪੰਜਾਬ ਸਰਕਾਰ ਨੇ ਆਪਣੇ ਬੱਚਿਆਂ ਨੂੰ ਦੇਣੀਆਂ।